ਆਰਫ ਵਾਲਾ ਸਦਰ ਨੂਰ ਅਹਿਮਦ ਦੇ ਲਾਲ ਗਰੁੱਪ ਦੇ ਵਾਲਦ ਦਾ ਕੁਲਾਂ ਦਾ ਖਤਮ ਸ਼ਰੀਫ਼ ਜੇ ਕੁਰਾਨ ਖਾਨੀ ਪੜ੍ਹਾਈ ਗਈ ਰਸਮ ਪੱਗ ਦੀ ਕੀ ਗਈ ਪੱਗ ਕੀ ਰਸਮ ਬੜੇ ਭਾਈ ਕੋ ਪੱਗ ਬਣਾਈ ਗਈ ਬਰਾਦਰੀ ਮੇਂ ਦੁਆਖਾਨੀ ਹੋਈ ਕੁਰਾਨ ਖਾਨੀ ਦੁਆ ਹੋਈ ਬੜੇ ਭਾਈ ਕੋ ਪੱਗ ਕੀ ਰਸਮ ਕੀ ਗਈ ਅੱਲਾਹ ਪਾਕ ਉਸਕੋ ਬਰਾਦਰੀ ਮੇਂ ਪੂਰਾ ਉਤਰਨੇ ਕੀ ਹਿੰਮਤ ਦੇ ਆਪਣੇ ਬਹਿਣ ਭਾਈਓ ਮੇਂ ਸਾਇਆ ਬਣ ਕੇ ਵਾਲਦ ਕੀ ਜਗ੍ਹਾ ਪੇ ਡਿਊਟੀ ਦੇ ਮਾਲਕ ਤੰਦਰੁਸਤੀ ਦੇ ਉਸਕੋ ਜ਼ਿੰਦਗੀ ਦੇ ਅੱਲਾਹ ਪਾਕ ਉਸਕੋ ਹੱਕ ਲਾਲ ਦਾ ਰਿਜ਼ਕ ਦੇ ਮਾਲਕ ਉਸਕੀ ਪਨਾਹ ਮੇਂ ਉਸਕੋ ਰੱਖੇ ਅੱਲਾਹ ਪਾਕ ਦਾ ਸਾਇਆ ਰਵੇ ਮਾਂ ਬਾਪ ਦੇ ਰਹਿਮ ਓ ਕਰਮ ਸੇ ਦੁਆ ਅੱਲਾਹ ਪਾਕ ਉਸਕੋ ਤੰਦਰੁਸਤੀਆਂ ਬਖਸ਼ੇ ਰਹਿਮਤ ਕਰੇ ਆਪਣੀ ਅੱਲਾਹ ਪਾਕ।